ਤੁਸੀਂ ਦੇਖ ਰਹੇ ਹੋ ਵਾਇਸ ਆਫ ਪੰਜਾਬ ਟੀਵੀ ਆਵਾਜ਼ ਤੁਹਾਡੀ ਕਲਮ ਸਾਡੀ ਨੂੰ ਨੌਕਰੀ ਦਿਓ ਬੇਰੁਜ਼ਗਾਰਾਂ ਨੂੰ ਨੌਕਰੀ ਦਿਓ ਮੋਦੀ ਸਰਕਾਰ ਮੋਦੀ ਸਰਕਾਰ ਨੋਟਵਾਂ ਦੀ ਸਰਕਾਰ ਬੀਜੇਪੀ ਸਰਕਾਰ ਜੁਮਲਿਆਂ ਦੀ ਸਰਕਾਰ ਜੁਮਲੇ ਦੇਣੇ ਬੰਦ ਕਰੋ ਮੋਦੀ ਸਰਕਾਰ ਮੋਦੀ ਸਰਕਾਰ ਮੋਦੀ ਸਰਕਾਰ ਮੋਦੀ ਸਰਕਾਰ ਜੁਮਲੇਬਾਜ਼ੀ ਬੰਦ ਕਰੋ ਜੁਮਲੇਬਾਜ਼ੀ ਬੰਦ ਕਰੋ ਜੁਮਲੇਬਾਜ਼ੀ ਬੰਦ ਕਰੋ ਜੁਮਲੇਬਾਜ਼ੀ ਬੰਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਜੀ ਅੱਜ ਅਸੀਂ ਉਹਨਾਂ ਦਾ ਬੇਜੁਗਾਰੀ ਦਿਵਸ ਦੇ ਤੌਰ ਤੇ ਜਨਮ ਦਿਨ ਮਨਾ ਰਹੇ ਹਾਂ ਕਿਉਂਕਿ ਜਦੋਂ ਨਰਿੰਦਰ ਮੋਦੀ ਜੀ ਦੀ ਸਰਕਾਰ ਸੈਂਟਰ ਦੇ ਵਿੱਚ ਲੋਕਾਂ ਨਾਲ ਵਾਅਦੇ ਕਰਕੇ ਆਈ ਸੀ ਉਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ 2 ਕਰੋੜ ਨੌਕਰੀਆਂ ਦੇਸ਼ ਦੇ ਨੌਜਵਾਨਾਂ ਨੂੰ ਹਰੇਕ ਸਾਲ ਦੇਵਾਂਗੇ ਜਦਕਿ ਇਹਨਾਂ ਨੇ ਹਰੇਕ ਸਾਲ ਇਹ ਤੋਂ ਦੁੱਗਣੀਆਂ ਨੌਕਰੀਆਂ ਖਤਮ ਕਰ ਦਿੱਤੀਆਂ ਅੱਜ ਦੀ ਡੇਟ 'ਚ 1,77,000 ਨੌਜਵਾਨਾਂ ਨੂੰ ਨੌਕਰੀਆਂ ਜਿਹੜੀਆਂ ਰੋਜ਼ਗਾਰ ਪੈਦਾ ਹੋਏ ਆ ਜਦਕਿ ਜਿਹੜੇ ਲੈਣ ਦੇ ਵਿੱਚ 2 ਕਰੋੜ ਨੌਜਵਾਨ ਬੇਰੁਜ਼ਗਾਰ ਬੈਠੇ ਆ ਅਸੀਂ ਨਰਿੰਦਰ ਮੋਦੀ ਜੀ ਤੋਂ ਪੁੱਛਣਾ ਚਾਹੁੰਦੇ ਹਾਂ ਵੀ ਜਿਹੜੇ ਤੁਸੀਂ ਨੌਜਵਾਨਾਂ ਨਾਲ ਵਾਅਦੇ ਕੀਤੇ ਸੀ ਝੂਠੇ ਵਾਅਦੇ ਕੀਤੇ ਸੀ ਉਸ ਦਾ ਜਵਾਬ ਅੱਜ ਤੁਹਾਡੇ ਕੋਲ ਨੌਜਵਾਨ ਮੰਗ ਰਿਹਾ ਹੈ ਨੌਜਵਾਨ ਅੱਜ ਪੜ੍ਹਿਆ ਲਿਖਿਆ ਹੋਣ ਦੇ ਬਾਵਜੂਦ ਵੀ ਜਾਂ ਰਿਕਸ਼ਾ ਚਲਾ ਰਿਹਾ ਹੈ ਜਾਂ ਪਕੌੜੇ ਤਰ ਰਿਹਾ ਹੈ ਜੋ ਨਰਿੰਦਰ ਮੋਦੀ ਜੀ ਨੇ ਆਪਣੇ ਭਾਸ਼ਣ ਦੇ ਵਿੱਚ ਕਿਹਾ ਸੀ ਅਤੇ ਜਾਂ ਆਤਮ ਹੱਤਿਆ ਕਰ ਰਿਹਾ ਹੈ ਔਰ ਹਜ਼ਾਰਾਂ ਲੱਖਾਂ ਨੌਕਰੀਆਂ ਕੋਵਿਡ ਤੋਂ ਬਾਅਦ ਖਤਮ ਹੋ ਗਈਆਂ ਔਰ ਕੁਛ ਇਹਨਾਂ ਨੇ BSNL ਪ੍ਰਾਈਵੇਟ ਕਰਕੇ ਰੇਲਵੇ ਪ੍ਰਾਈਵੇਟ ਕਰਕੇ ਏਅਰ ਇੰਡੀਆ ਪ੍ਰਾਈਵੇਟ ਕਰਕੇ LIC ਪ੍ਰਾਈਵੇਟ ਕਰਕੇ ਇਹ ਸਾਰੀਆਂ ਨੌਕਰੀਆਂ ਇਹਨਾਂ ਨੇ ਬੰਦ ਕਰ ਦਿੱਤੀਆਂ ਹਨ ਅਸੀਂ ਨਰਿੰਦਰ ਮੋਦੀ ਜੀ ਤੋਂ ਪੁੱਛਣਾ ਚਾਹੁੰਦੇ ਹਾਂ ਵੀ ਜਿਹੜੇ ਲਗਾਤਾਰ ਤੁਸੀਂ 6-7 ਸਾਲ ਤੋਂ ਜੁਮਲੇ ਛੱਡ ਰਹੇ ਹੋ ਇਹ ਜੁਮਲੇ ਛੱਡਣੇ ਬੰਦ ਕਰੋ ਅੱਜ ਦੇਸ਼ ਦਾ ਨੌਜਵਾਨ ਨੌਕਰੀ ਲਈ ਤਰਸ ਰਿਹਾ ਹੈ ਦੇਸ਼ ਦੇ ਨੌਜਵਾਨ ਦੀ ਤਰਾਸਦੀ ਹੈ ਵੀ ਅੱਜ ਉਹ ਰੋਟੀ ਖਾਣ ਤੋਂ ਵੀ ਆਵਾਜ਼ਾਰ ਹੋਇਆ ਹੋਇਆ ਹੈ ਅਸੀਂ ਮੰਗ ਕਰਦੇ ਹਾਂ ਇਹ ਜੁਮਲੇਬਾਜ਼ੀ ਛੱਡ ਕੇ ਅੱਜ ਜੁਮਲੇਬਾਜ਼ੀ ਛੱਡ ਕੇ ਤੁਸੀਂ ਦੇਸ਼ ਦੇ ਨੌਜਵਾਨ ਨੂੰ ਰੋਜ਼ਗਾਰ ਦਿਓ ਜੋ ਕਿ ਉਹ ਆਪਣਾ ਘਰ ਬਾਰ ਚਲਾ ਸਕੇ ਆਪਣੇ ਬੱਚਿਆਂ ਨੂੰ ਪਾਲ ਸਕੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਉਹ ਆਪਣੇ ਦੇਸ਼ ਦੀ ਤਰੱਕੀ ਵਾਸਤੇ ਯੋਗਦਾਨ ਪਾ ਸਕੇ ਇੰਨਾ ਹੀ ਕਹਿੰਦਾ ਹੋਇਆ ਮੈਂ ਜਗਦੀਪ ਸਿੰਘ ਸੋਨੂੰ ਸੀਨੀਅਰ ਯੂਥ ਕਾਂਗਰਸ ਲੀਡਰ